ਉਹਨਾਂ ਦੇ ਘਰੇ ਗੈਰ ਮਰਦ ਨੂੰ ਸਾਦੀ ਸੀ ਉਹ ਨਮਾਲਕ ਬੱਚੇ ਦੇ ਮੂੰਹ ਦੇ ਵਿੱਚ ਮਤਲਬ ਗੋਤੰਗ ਪਾ ਰਿਹਾ ਹੈ। ਪਰ ਦਿਆ ਨੇ ਉਹਨਾਂ ਨੇ ਦਿਖਾਈਆਂ ਮਾਲਚ ਇੱਕ ਤਰ੍ਹਾਂ ਦੀ ਅੱਗ ਲੱਗ ਉੱਠੀ। ਵੀ ਇਹ ਨਮਾਲਕ ਬੱਚੇ ਨਾਲ ਕੀ ਹੋਇਆ? ਕੀ ਵਾਪਰ ਗਿਆ ਭਾਣਾ ਇਹ ਕੀ ਹੋ ਗਿਆ? ਕੀ ਇਹ ਨਿੱਕੇ ਜਿਹਾ ਨਮਾਲਕ ਬੱਚੇ ਨਾਲ ਘਟਨਾ ਵਾਪਰੀ ਹੈ। ਠੀਕ ਹੈ। ਉਹਦੇ ਮਤਲਬ ਗੋਤੰਗ ਮੂੰਹ ਚ ਪਾ ਰਿਹਾ ਹੈ ਇਹ ਜੇ ਜੋ ਅਬ ਇੱਕ ਮਤਲ ਧੱਕੇ ਸਾਹੀ ਨਮਾਲਕ ਬੱਚੇ ਨਾਲ ਕਰ ਰਿਹਾ ਉਹਦੀ ਮਾਂ ਧੱਕੇ ਸਾਹੀ ਕਰਾ ਰਹੀ ਹੈ ਸਣੇ ਇਹਨਾਂ ਨੂੰ ਸਾਰਿਆਂ ਨੂੰ ਇਹਨਾਂ ਨੂੰ ਇੱਕ ਫਾਂਸੀ ਤੇ ਲਮਕਾ ਦਿੱਤਾ ਜਾਵੇ ਉਦੋਂ ਆਪਦੇ ਬੱਚੇ ਦੀ ਇੱਜ਼ਤ ਦਾ ਵੀ ਨਹੀਂ ਖਿਆਰ ਰਿਹਾਗਾ ਪਰ ਜਦੋਂ ਇਹ ਇੰਨੀ ਅੰਨੀ ਹੋਈ ਵੀ ਸੀਗੀ ਜਿੰਨੀ ਕੈਦ ਹੋਜੀ ਤੁਸੀਂ ਮਤਲਬ ਉਹ ਮੰਨ ਲਾ ਇਧਰ ਬੱਚੇ ਦੇ 307 ਦੀ ਧਾਰਾ ਦੀ ਮੈਂ ਐ ਕਰਕੇ ਮੰਗ ਕਰਦਾ ਜਿਉ ਕਿ ਉਹ ਬੱਚੇ ਦੇ ਮੂੰਹ ਦੇ ਵਿੱਚ ਜੋ ਗੋਤੰਗ ਪਾ ਰਿਹਾ ਉਹਦੇ ਨਾਲ ਬੱਚੇ ਦੀ ਮੌਤ ਵੀ ਹੋ ਸਕਦੀ ਸੀ ਮੈਂ ਐਸੇ ਡਾਲ ਮੈਂ ਗੱਲ ਕਰਨਾ ਚਾਹੁੰਦਾ ਪ੍ਰਸ਼ਾਸਨ ਜੇ ਉਲਟਾ ਜਿਹੜਾ ਇਹਨਾਂ ਦੇ ਸਾਡੇ ਪਿੰਡ ਵਾਲਿਆਂ ਤੇ ਦਬਾਅ ਪਾ ਰਿਹਾ ਨਾ ਕਿ ਉਹਨਾਂ ਤੇ ਉਹ ਤੋਂ ਮਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਤੋਂ ਮਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜੇ ਜਿਹੜਾ ਬੰਦਾ ਗਨਾਹ ਕਰੀ ਬੈਠਾ ਫੇਰ ਕਹਿੰਦੇ ਆ ਆਪ ਹੀ ਮੰਨੀ ਜਾਂਦੀ ਆ ਉਹ ਵੀ ਮੈਥੋਂ ਗਨਾਹ ਹੋ ਗਿਆ ਮੈਂ ਮਾਫੀ ਚਾਹੁੰਨੀ ਐ ਜਦੋਂ ਤੂੰ ਆਪ ਮਾਫੀ ਚਾਹੁੰਨੀ ਐ ਇਹ ਐਸੀ ਤਾਂ ਨਹੀਂ ਆਂਦੇ ਜੀ ਅੱਸੀ ਕਾਲ ਤੁਸੀਂ ਜੁੜਿਓ ਡੇਲੀ ਡੈਸਕ ਟੀਵੀ ਦੇ ਨਾਲ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਕਣੀਆਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਸੋਸ਼ਲ ਮੀਡੀਆ ਤੇ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਇੱਕ ਨਵਾਲਗ ਬੱਚਾ ਜਿਹਦੀ ਉਮਰ 2-3 ਸਾਲ ਦੀ ਦਸੀ ਜਾਂਦੀ ਆ ਉਹਦੇ ਨਾਲ ਦੁਸ਼ਕਰਮ ਵਾਪਰਦਾ ਅੱਜ ਸਾਡੇ ਨਾਲ ਉਸੇ ਪਿੰਡ ਦੇ ਆਗੂ ਨੇ ਬਲਬੀਰ ਸਿੰਘ ਘਣੀਆਂ ਜੀ ਇਹ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਵੱਡੇ ਆਗੂ ਨੇ ਆਪਾਂ ਇਹਨਾਂ ਤੋਂ ਜਾਣਦੇ ਆ ਕਿ ਉਹ ਕੀ ਪੂਰਾ ਘਟਨਾਕਰਮ ਸੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਭਾਰਤੀ ਕਿਸਾਨ ਯੂਨੀਅਨ ਨੇਕਤਾ ਸਿੱਧੂਪੁਰ ਬਲਵਿੰਦਰ ਸਿੰਘ ਘਣੀਆਂ ਭਾਈ ਜੀ ਜੋ ਸਾਡੇ ਪਿੰਡ ਚ ਨਮਾਲਕ ਬੱਚੇ ਦੇ ਨਾਲ ਘਟਨਾ ਵਾਪਰਦੀ ਹੈ ਹੁਣ ਆਪਾਂ ਤਾਂ ਕੀ ਪਤਾ ਕਿਸੇ ਦੇ ਘਰੇ ਕੀ ਹੋਈ ਜਾਂਦਾ ਪਰ ਜਦੋਂ ਹੋਏ ਸੀ ਫੋਟੋ ਵੇਖੀਆਂ ਜਾਂ ਸਾਨੂੰ ਘਰਦਿਆਂ ਨੇ ਉਹਨਾਂ ਨੇ ਦਿਖਾਈਆਂ ਮਾਲ ਚ ਇੱਕ ਤਰ੍ਹਾਂ ਦੀ ਅੱਗ ਲੱਗ ਉੱਠੀ ਵੀ ਇਹ ਨਮਾਲਕ ਬੱਚੇ ਨਾਲ ਕੀ ਹੋਇਆ ਕੀ ਵਾਪਰ ਗਿਆ ਭਾਣਾ ਇਹ ਕੀ ਹੋ ਗਿਆ ਉਹ ਨਮਾਲਕ ਬੱਚੇ ਦੇ ਜੋ ਉਹਨਾਂ ਦੇ ਘਰੇ ਗੈਰ ਮਰਦ ਨੂੰ ਸਾਦੀ ਸੀ ਉਹ ਨਮਾਲਕ ਬੱਚੇ ਦੇ ਮੂੰਹ ਦੇ ਵਿੱਚ ਮਤਲਬ ਗਵਤੰਗ ਪਾ ਰਿਹਾ ਹੈ ਠੀਕ ਹੈ ਉਹ ਰੌਲਾ ਕੀ ਹੋਇਆ ਜਦੋਂ ਮੈਨੂੰ ਇਸ ਗੱਲ ਦੀ ਫੋਟੋ ਵੇਖੀਆ ਮੈਂ ਪਹਿਲਾਂ ਤਾਂ ਨਹੀਂ ਯਕੀਨ ਮੰਨਦਾ ਸੀ ਪਰ ਜਦੋਂ ਮੈਂ ਫੋਟੋ ਵੇਖੀਆ ਉਹਨਾਂ ਦੇ ਘਰਦਿਆਂ ਨੇ ਦਿਖਾਈਆ ਤਾਂ ਮੇਰੇ ਮਨ ਦੇ ਵਿੱਚ ਪੂਰਾ ਅਵਾਲਾ ਮਾਰਿਆ ਮੈਂ ਕਿਹਾ ਵੀ ਅੱਜ ਹੁਣ ਆਪਾਂ ਚਪਕਾ ਕਰਕੇ ਨਹੀਂ ਬੈਠਣਾਗਾ ਇਹ ਬਹੁਤ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ ਪਰ ਮੈਂ ਇੱਕ ਗੱਲ ਹੋਰ ਦੱਸਣੀ ਚਾਹਣਾ ਜੋ ਵੀ ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਚਾਹੀਦੀ ਸੀਗੀ ਉਹਦੇ ਤੇ ਕਾਰਵਾਈ ਨਹੀਂ ਹੋ ਰਹੀ ਉਸ ਢੰਗ ਨਾਲ ਉਹਦੇ ਤੇ ਜੋ ਧਾਰਾ ਲੱਗਣੀਆਂ ਹੈ ਮਤਲਬ ਜੋ ਬਾਲ ਐਕਟ ਲੱਗਦਾ ਹੈ ਤੇ ਜਾਨੀ ਉਹ ਨਹੀਂ ਲੱਗਿਆ ਉਹਦੇ ਤੇ 300 ਜੋ 70 ਬਲਾਤਕਾਰ ਦੀ ਧਾਰਾ ਉਹ ਲੱਗਣੀ ਚਾਹੀਦੀ ਹੈ 307 ਯਾਨੀ ਤੇ ਲੱਗਣੀ ਚਾਹੀਦੀ ਹੈ ਜੋ 323 ਹੈ 24 ਹੈ 326 ਹੈ ਤੇ 120 ਧਾਰਾ ਉਹਦੇ ਤੇ ਜੋ ਲੱਗਣੀਆਂ ਚਾਹੀਦੀਆਂ ਉਹ ਪੁਲਿਸ ਪ੍ਰਸ਼ਾਸਨ ਲਾ ਨਹੀਂ ਰਿਹਾ ਰੌਲਾ ਕੀ ਹੈ ਇਹਦੇ ਵਿੱਚ ਮੈਂ ਸਰਕਾਰ ਤਿੱਕਰ ਮੁੱਖ ਮੰਤਰੀ ਮਾਨਯੋਗ ਮੁੱਖ ਮੰਤਰੀ ਤਿੱਕਰ ਪ੍ਰਧਾਨ ਮੰਤਰੀ ਤਿੱਕਰ ਵੀ ਇਹ ਗੱਲ ਪਹੁੰਚਾਉਣੀ ਚਾਹੁੰਦਾ ਕਿ ਕਿਉਂਕਿ ਇਹ ਨਿੱਕੇ ਜਿਹੇ ਨਮਾਲਕ ਬੱਚੇ ਨਾਲ ਘਟਨਾ ਵਾਪਰੀ ਹੈ ਠੀਕ ਹੈ ਉਹਦੇ ਮਤਲਬ ਗੁੱਤ ਅੰਗ ਮੂੰਹ ਚ ਪਾਰਿਆ ਇਹ ਜੇ ਜੋ ਇੱਕ ਮਤਲਬ ਧੱਕੇ ਸਾਹੀ ਨਮਾਲਕ ਬੱਚੇ ਨਾਲ ਕਰ ਰਿਹਾ ਉਹਦੀ ਮਾਂ ਧੱਕੇ ਸਾਹੀ ਕਰਾ ਰਹੀ ਹੈ ਸਣੇ ਇਹਨਾਂ ਨੂੰ ਸਾਰਿਆਂ ਨੂੰ ਇਹਨਾਂ ਨੂੰ ਇੱਕ ਫਾਂਸੀ ਤੇ ਲਮਕਾ ਦਿੱਤਾ ਜਾਵੇ ਗਾਂ ਨੂੰ ਕਿਸੇ ਦੀ ਹਿੰਮਤ ਨਾ ਹੋਵੇ ਕਿ ਮੈਂ ਇਹ ਜਾਂ ਕਿਸੇ ਬੱਚੇ ਨਾਲ ਕੋਈ ਦੁਸ਼ਕਰਮ ਕਰ ਸਕੇ ਮਾਂ ਕਹਿੰਦੇ ਆ ਵੀ ਮਾਂ ਤਾਂ ਰੱਬ ਦਾ ਦੂਜਾ ਰੂਪ ਹੁੰਦੀ ਹੈ ਪਰ ਮਾਂ ਹੀ ਹਵਸ ਦੇ ਵਿੱਚ ਇੰਨੀ ਇੰਨੀ ਹੋ ਗਈ ਕਿ ਉਹਨੂੰ ਆਪਦੇ ਬੱਚੇ ਦੀ ਜਾਨਵਰੀ ਤੇ ਉਹਦੀ ਇੱਜ਼ਤ ਦਾ ਵੀ ਖਿਆਲ ਨਹੀਂ ਰਿਹਾ ਹਾਂਜੀ ਹਾਂਜੀ ਉਦੋਂ ਆਪਦੇ ਬੱਚੇ ਦੀ ਇੱਜ਼ਤ ਦਾ ਵੀ ਨਹੀਂ ਖਿਆਲ ਰਿਹਾਗਾ ਪਰ ਜਦੋਂ ਇਹ ਇੰਨੀ ਅੰਨੀ ਹੋਈ ਵੀ ਸੀਗੀ ਜਿੰਨੀ ਕੈਦ ਹੋਜੀ ਤੁਸੀਂ ਮਤਲਬ ਉਹ ਮੰਨ ਲਾ ਇਧਰ ਬੱਚੇ ਦੇ 307 ਦੀ ਧਾਰਾ ਦੀ ਮੈਂ ਐ ਕਰਕੇ ਮੰਗ ਕਰਦਾ ਜਿ ਕਿਉਂਕਿ ਉਹ ਬੱਚੇ ਦੇ ਮੂੰਹ ਦੇ ਵਿੱਚ ਜੋ ਗੋਤੰਗ ਪਾ ਰਿਹਾ ਉਹਦੇ ਨਾਲ ਬੱਚੇ ਦੀ ਮੌਤ ਵੀ ਹੋ ਸਕਦੀ ਸੀਗੀ ਠੀਕ ਹੈ ਇਹ ਪ੍ਰਸ਼ਾਸਨ ਇਹ ਟਾਲ ਟੱਰ ਰਿਹਾ ਟਾਲਮਟੋਲੀ ਕਰ ਰਿਹਾ ਇਹ ਧਾਰਾ ਨਹੀਂ ਲਾ ਰਿਹਾ ਨਾ ਇਹ ਮਤਲਬ 323 ਨਾ 324 ਨਾ 325 ਨਹੀਂ ਤੇ ਨਾ 307 ਤੇ ਫਿਰ ਜੋ ਆਪਣੀ ਧਾਰਾ ਬਲਾਤਕਾਰ ਦੀ ਲੱਗਦੀ ਹੈ 376 ਇਹ ਹੈ ਸਾਇਦ ਉਹ ਵੀ ਨਹੀਂ ਲਾ ਰਿਹਾ ਇਹ ਤੇ 120 ਏ ਵੀ ਲਾਉਣੀ ਚਾਹੀਦੀ ਹੈ ਉਹਦੇ ਤੇ ਤੇ 300 ਜਿਹੜੀ 420 ਆ ਉਹ ਵੀ ਲਾਉਣੀ ਚਾਹੀਦੀ ਹੈ ਮਤਲਬ ਪ੍ਰਸ਼ਾਸਨ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜੋ ਵੀ ਮੁੱਖ ਮੰਤਰੀ ਹੈ ਚਾਹੇ ਗ੍ਰਹਿ ਮੰਤਰੀ ਹੈ ਚਾਹੇ ਸੈਂਟਰ ਦਾ ਚਾਹੇ ਇਥੋਂ ਦਾ ਇਹ ਨਮਾਲਕ ਬੱਚੇ ਨਾਲ ਘਟਨਾ ਵਾਪਰੀ ਹੈ ਇਹਦੇ ਉੱਤੇ ਇਹ ਸਰਕਾਰ ਨੂੰ ਗੌਰ ਕਰਨੀ ਚਾਹੀਦੀ ਹੈ ਇਹੋ ਜਿਹਿਆਂ ਨੂੰ ਫਾਂਸੀ ਦੇ ਉੱਤੇ ਲਾਜ਼ਮੀ ਟੰਗਣਾ ਚਾਹੀਦਾ ਹੈ ਕਿ ਗਾਂ ਨੂੰ ਕੋਈ ਹੋਰ ਕੋਈ ਇਹ ਜੀ ਹਰਕਤ ਨਾ ਕਰੇ ਬਾਈ ਜੀ ਜਿਹੜੇ ਤੁਸੀਂ ਵੈਸੇ ਤਾਂ ਲੋਕਾਂ ਨੇ ਪਰ ਜਿਹੜੇ ਸਾਡੇ ਚੈਨਲ ਨਾਲ ਜੁੜੇ ਆ ਉਹ ਵੀਡੀਓ ਅੱਜ ਪਹਿਲੀ ਵਾਰ ਵੇਖ ਰਿਹਾ ਇਸ ਲਈ ਮੈਂ ਇਹ ਵੀ ਚਾਹਨਾ ਹੈ ਕਿ ਤੁਸੀਂ ਥੋੜਾ ਜਿਹਾ ਡਿਟੇਲ ਦੇ ਵਿੱਚ ਦੱਸੋ ਕਿ ਉਹ ਜਿਹੜੀ ਕੀ ਕੀ ਘਟਨਾਕ੍ਰਮ ਹੋਇਆ ਕਿਵੇਂ ਪਤਾ ਲੱਗਦਾ ਕਿਵੇਂ ਇਹ ਸਾਰੀ ਕਹਾਣੀ ਵਾਪਰਦੀ ਹੈ ਉਹ ਜਿਹੜੀ ਬੱਚੇ ਦੀ ਮਾਂ ਉਹ ਕੀ ਕੁਸ਼ ਕਰਦੀ ਰਹੀ ਹੈ ਬਾਈ ਜੀ ਪੂਰੀ ਕਹਾਣੀ ਤਹਿਆ ਜੋ ਸਾਡੇ ਪਿੰਡ ਕਣੀਏ ਵਿੱਚ ਉਹ ਔਰਤ ਵਿਆਹੀ ਹੋਈ ਸੀਗੀ ਵਿਆਹੀ ਹੋਈ ਸੀ ਜੋ ਆਪਦੇ ਪਿੱਛੇ ਉਹਦੀ ਕਿਸੇ ਦਾ ਬੰਦ ਦੀ ਸੀਗੀ ਜੋ ਆਸ਼ਕ ਨਾਲ ਜੋ ਆਪ ਦਾ ਇੱਥੇ ਉਹਦਾ ਪਤੀ ਸੀ ਜਾਨੀ ਘਰ ਵਾਲਾ ਉਹ ਨੂੰ ਨੀਂਦ ਵਾਲੀਆਂ ਗੋਲੀਆਂ ਦੇ ਕੇ ਸਮਾਦਨਦੀ ਸੀ ਸਮਾਦਨਦੀ ਸੀਗੀ ਫੇਰ ਗੱਲ ਕੀ ਸੀਗੀ ਉਹ ਨੀਂਦ ਵਾਲੀਆਂ ਜਿਹੜੇ ਗੋਲੀਆਂ ਦੇ ਕੇ ਸਮਾਦਨਦੀ ਸੀ ਉਹਦੇ ਨਾਲ ਦੁਸ਼ ਕਰਮ ਕਰਦੀ ਦੁਸ਼ ਕਰਮ ਕਰਦੀ ਚਲੋ ਉਹਦੇ ਤੇਕਰ ਆਪਣਾ ਕੋਈ ਮਨ ਨਹੀਂ ਪਰ ਜਿਹੜਾ ਫੋਟੋ ਨਿਕਲਿਆ ਮਗਰੋਂ ਉਹਦੇ ਮੋਬਾਈਲ ਕਹਿੰਦੇ ਆ ਮਾਇਲ ਹੈ ਜਦੋਂ ਉਹਦੇ ਮਾਇਲ ਚੋਂ ਫੋਟੋ ਕੱਢੀਆਂ ਉਹ ਬੱਚੇ ਨਾਲ ਜਿਹੜਾ 2 ਸਾਲ ਦਾ ਬੱਚਾ ਸੀਗਾ ਤੇ ਉਹਦੇ ਵੀ ਗੁਪਤੰਗ ਉਹ ਮੂੰਹ ਚ ਪਾ ਰਿਆ ਆਸਕ ਦਾ ਉਹ ਜਿਹੜੀ ਘਰਾਂ ਲਈ ਸੀ ਉਹ ਆਪਦੇ ਪੁੱਤ ਦੇ ਆਪਦੇ ਆਸ਼ਕ ਦਾ ਗੁਪਤੰਗ ਮੂੰਹ ਚ ਪਵਾ ਰਹੀ ਹੈ ਉਹਦਾਂ ਦਾ ਹਾਂ 2-3 ਸਾਲ ਦੇ ਬੱਚੇ ਦਾ ਮੈਂ ਇਹ ਕਹਿਣਾ ਚਾਹਣਾ ਹੈ ਜੋ ਬੱਚੇ ਦਾ ਇਹ ਤਰ੍ਹਾਂ ਦਾ ਦੁਸ਼ਕਰਮ ਹੋਇਆ ਹੈ ਇਹ ਜਿਹੇ ਬੰਦਿਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਫੋਨ 'ਚ ਮਿਲਿਆ ਉਹ ਬੱਚੇ ਦੀ ਮਾਂ ਦੇ ਫੋਨ ਦੀਆਂ ਵੀਡੀਓ ਜਾਂ ਘਰ ਦੇ ਦੇ ਫੋਨ ਦੀ ਨਹੀਂ ਨਹੀਂ ਜਿਹਦੇ ਉਹ ਘਰਦਿਆਂ ਨੇ ਮੈਨੂੰ ਵੀ ਪਾਈਆਂ ਸੀ ਵੀਡੀਓ ਉਹਨਾਂ ਨੇ ਜਦੋਂ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਨੇ ਆਖਿਆ ਇਹਦੇ ਵਿੱਚੋਂ ਡਿਲੀਟ ਕਰ ਦਿਓ ਵਿਚਾਰੇ ਨਰਮ ਬੰਦੇ ਉਹਨਾਂ ਨੇ ਡਿਲੀਟ ਕਰ ਦਿੱਤਾ ਉਹ ਮੇਰੇ ਵਾਲੇ ਫੋਨ 'ਚ ਜਿਹੜੀਆਂ ਕੱਲੀਆਂ 'ਚ ਉਹਨਾਂ ਤੇ ਵੀ ਅੱਖਰ ਜਿਹਾ ਹੀ ਰਹਿ ਗਏ ਤੇ ਉਹ ਡਿਲੀਟ ਹੋ ਗਈਆਂ ਹਾਂ ਡਿਲੀਟ ਹੋ ਗਈਆਂ ਉਹ ਉਹ ਫੋਟੋ ਉਹ ਮਤਲ ਜਿਹੜਾ ਮੈਂ ਉਹਦੇ ਮੀਟ ਕਾ ਚਤ ਖਾਤ ਕਾ ਦਿਖਾਤੀਆਂ ਉਹਨਾਂ ਨੇ ਡਿਲੀਟ ਕਰਤਾਂ ਵੈਸੇ ਗੱਲ ਮੈਂ ਗੱਲ ਕਰਨਾ ਚਾਹੁੰਦਾ ਪ੍ਰਸ਼ਾਸਨ ਜੇ ਉਲਟਾ ਜਿਹੜਾ ਇਹਨਾਂ ਦੇ ਸਾਡੇ ਪਿੰਡ ਵਾਲਿਆਂ ਤੇ ਦਬਾਅ ਪਾ ਰਿਹਾ ਨਾ ਕਿ ਉਹਨਾਂ ਤੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਸਬੂਤ ਮਿਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਫਿਰ ਐਨੀ ਗੱਲ ਹੈ ਜੋ ਵੀ ਹੈ ਮੈਂ ਮੈਂ ਸੱਚ ਬੋਲਣ ਦੀ ਕੋਸ਼ਿਸ਼ ਕਰਦਾ ਜੋ ਗ੍ਰਾਹ ਜਥੇ ਬੰਦੀ ਦੀ ਹੈ ਸਾਡੇ ਕੋਠੇ ਗੁਰੂ ਤੋਂ ਹੀ ਹੈ ਗ੍ਰਾਹ ਜਥੇ ਬੰਦੀ ਦੀ ਉਹ ਮੈਨੂੰ ਆਂਦੀ ਤੂੰ ਸਾਡੇ ਨਾਂ ਕਰਦਾ ਧੱਕਾ ਕਰਦਾ ਜੋ ਕਰਦਾ ਤੂੰ ਮਾਫੀ ਮੰਗ ਮੈਂ ਕਦੀ ਕਾ ਮਾਫੀ ਮੰਗਾ ਤੁਸੀਂ ਸਾਰੀ ਦੁਨੀਆ ਇੱਥੇ ਖੜੀ ਹੈ ਮੈਂ ਮਾਫੀ ਮੰਗ ਲੈਣਾ ਜੇ ਮੈਥੋਂ ਕੋਈ ਗਲਤੀ ਹੋਵੇ ਗਲਤੀ ਜਦੋਂ ਨਮਾਲਕ ਬੱਚੇ ਨਾਲ ਧੱਕੇਸਾਹੀ ਹੋਈ ਹੈ ਮੈਂ ਉਹਦੇ ਤੇ ਮੰਗ ਕਰਦਾ ਮੈਂ ਇਹਨੂੰ ਫਾਂਸੀ ਤੇ ਟੰਗ ਦਿੱਤਾ ਜਾਵੇ ਤੇ ਮਾਂ ਨੂੰ ਵੀ ਉਹ ਮਾਂ ਨੂੰ ਵੀ ਫਾਂਸੀ ਤੇ ਟੰਗਿਆ ਜਾਵੇ ਤੇ ਔਰ ਉਹਨੂੰ ਜਿਹੜਾ ਉਹਦੇ ਨਾਲ ਜਿਹੜਾ ਉਹਦਾ ਯਾਰਸੀ ਆਖਿਆ ਵੀ ਉਹਨੂੰ ਵੀ ਫਾਂਸੀ ਦੇ ਉੱਤੇ ਦੋਨਾਂ ਨੂੰ ਫਾਂਸੀ ਦੇ ਉੱਤੇ ਟੰਗ ਦਿੱਤਾ ਜਾਵੇ ਜੋ ਇਹੋ ਜਿਹੀ ਘਟਨਾ ਕਰ ਗਾਂ ਨੂੰ ਹਿੰਦੁਸਤਾਨ ਦੇ ਵਿੱਚ ਕੋਈ ਘਟਨਾ ਹੀ ਨਾ ਕਰੇ ਫਾਸਟ ਕਨੈਕਟ ਕੋਰਟ ਬਣਾਉਣੀ ਚਾਹੀਦੀ ਹੈ ਜੇ ਦੋ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਫੈਸਲਾ ਆ ਜੇ ਤੁਸੀਂ ਤਾਂ ਫੈਸਲੇ ਦੀ ਗੱਲ ਕਰ ਰਹੇ ਹੋ ਤੁਸੀਂ 3 ਮਹੀਨਿਆਂ ਚ ਆਜੇ ਤੇ ਪ੍ਰਸ਼ਾਸਨ ਤਾਂ ਸਬੂਤ ਵੀ ਮਟਾਉਣ ਦੀ ਕੋਸ਼ਿਸ਼ ਤੁਸੀਂ ਕਹਿ ਵੀ ਉਹਨਾਂ ਦੇ ਪਰਿਵਾਰ ਤੋਂ ਮਟਵਾਤੀਆਂ ਹਾਂ ਹਾਂ ਮਟਵਾਤ ਦਾ ਫੋਟੋ ਆਏ ਨਹੀਂ ਉਹਨਾਂ ਨੇ ਉਹਨਾਂ ਨੂੰ ਐਸੀ ਆਖਿਆ ਜੇ ਜੇ ਆਖਿਆ ਵੀ ਦੋ ਤੁਸੀਂ ਚਿਪਾ ਬਣਾ ਕੇ ਰੱਖੋ ਇੱਕ ਤਾਂ ਉਹ ਤੋਂ ਪ੍ਰਸ਼ਾਸਨ ਲੈ ਗਿਆ ਇੱਕ ਸ਼ਾਇਦ ਮੈਨੂੰ ਪਤਾ ਹਜੇ ਵੀ ਘਰੇ ਹੈਗੀ ਐ ਮੈਂ ਮੈਂ ਥੋੜਾ ਜਿਹਾ ਡਰਨ ਵਾਲਾ ਬੰਦਾ ਨਹੀਂ ਸੀਗਾ ਜਿਹੜੀਆਂ ਉਹਨਾਂ ਨੇ ਮਟਾਤਕ ਮਲਟਾ ਦੇਗਾ ਜਿਹੜੀਆਂ ਇੱਕ ਆਏ ਜਦੋਂ ਉਹ ਦਿਖਾਈ ਜਾਂਦੇ ਸੀਗੇ ਸਾਰਿਆਂ ਨੂੰ ਇਹ ਆਪਣੇ ਆਪ ਜੋ ਪੱਤਰਕਾਰ ਸਾਹਿਬ ਵੀ ਉੱਥੇ ਸੀਗੇ ਇਹ ਤੇ ਉਹ ਜਦੋਂ ਦਿਖਾਈ ਜਾਂਦੇ ਸੀ ਮੈਂ ਉਹਦੇ ਫੋਟੋ ਤੋਂ ਮੈਂ ਮੋਬਾਈਲ ਤੋਂ ਉਹ ਦੋ ਫੋਟੋ ਮੇਰੇ ਕੋਲ ਹੈਗੀਆਂ ਜੋ ਇਹਦੇ ਮੋਬਾਈਲ ਦੇ ਵਿੱਚੋਂ ਆਏ ਮੈਂ ਸਿੱਧੇ ਹੀ ਖਿੱਚੀਆਂ ਸੀਗੀਆਂ ਉਹ ਰਹਿ ਗਈਆਂ ਦੂਜਾ ਉਹਨਾਂ ਨੇ ਡਿਲੀਟ ਮਰਾਤੀ ਦੂਜੀਆਂ ਉੱਤੇ ਤੇ ਮੈਂ ਪ੍ਰਸ਼ਾਸਨ ਨੂੰ ਆਣਾ ਇੱਥੋਂ ਦੇ ਕੋਈ ਵੀ ਆਈਜੀ ਹੈ ਐਸਐਸਪੀ ਸਾਹਿਬ ਹੈ ਡੀਐਸਪੀ ਸਾਹਿਬ ਹੈ ਇੱਥੋਂ ਦਾ ਸਾਡਾ ਜੋ ਬਾਜ਼ਾਖਾਨਾ ਚਾਨੂੰ ਥਾਣਾ ਪੈਂਦਾ ਇਹਨੂੰ ਕਹਿਣਾ ਵੀ ਇਹਨਾਂ ਤੇ ਕਾਰਵਾਈ ਕਰੇ ਪ੍ਰਸ਼ਾਸਨ ਐਡੀ ਨਲਾਇਕੀ ਨਾ ਧਾਰੇ ਕਿਉਂਕਿ ਨਮਾਲਕ ਬੱਚੇ ਨਾਲ ਧੱਕੇਸ਼ਾਈ ਹੋਈ ਹੈ ਇਹ ਇਹ ਲੱਗਦਾ ਵੀ ਕਿਤੇ ਉਹ ਜਿਹੜਾ ਜਿਹੜੀ ਇਹ ਧਿਰ ਹੈ ਇਹ ਤਕੜੀ ਤੇ ਰਹਿ ਕੋਈ ਜਾਂ ਸੱਤਾਧਾਰੀ ਪਾਰਟੀ ਦੇ ਨਾਲ ਹੈ ਜਾਂ ਕੋਈ ਜਿਆਦਾ ਪੈਸੇ ਵਾਲੇ ਆ ਜਿਹੜੇ ਇੰਨਾ ਪ੍ਰਸ਼ਾਸਨ ਉਹਨਾਂ ਦਾ ਪੱਖ ਪੂਰ ਰਿਹਾ ਇੱਕ ਨਬਾਲਗ ਬੱਚਾ ਤਾਂ ਨਾ ਤਾਂ ਕਿਸੇ ਪਾਰਟੀ ਚ ਹੁੰਦਾ ਨਾ ਹੀ ਕਿਸੇ ਦੇ ਉਹਦੇ ਨਾਲ ਦੁਸ਼ਮਣੀ ਹੁੰਦੀ ਹੈ ਫਿਰ ਵੀ ਉਹਨੂੰ ਇਨਸਾਫ ਦੇਣ ਦੀ ਬਜਾਏ ਇਹ ਕੁਛ ਹੋ ਰਿਹਾ ਨਹੀਂ ਮੈਂ ਪਾਰਟੀ ਦੀ ਤਾਂ ਕਿਸੇ ਦੀ ਗੱਲ ਨਹੀਂ ਕਰ ਰਿਹਾ ਨਾ ਮੈਂ ਕੱਲਗਾਂ ਦੀ ਕਰਾਂ ਨਾ ਮੈਂ ਆਮ ਆਦਮੀ ਦੀ ਨਾ ਮੈਂ ਕਾਂਗਰਸ ਦੀ ਪਰ ਕੋਈ ਵੀ ਪਾਰਟੀ ਦਾ ਚਾਹੇ ਤਾਂ ਸ਼ਖਬੀਰ ਸਿੰਘ ਬਾਦਲ ਹੋਵੇ ਚਾਹੇ ਹੋਵੇ ਆਮ ਆਦਮੀ ਵਾਲਾ ਹੋਵੇ ਪਾਰਟੀ ਵਾਲਾ ਚਾਹੇ ਆ ਜਿਹੜੇ ਹੁਣ ਜਿੱਤੇ ਆ ਕੋਈ ਵੀ ਹੈ ਇਹ ਹੁਣ ਕਿਸੇ ਕਾਂਗਰਸ ਪਾਰਟੀ ਦਾ ਹੋਵੇ ਇਹਨਾਂ ਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਇਸ ਮੁੱਦੇ ਦੇ ਉੱਤੇ ਜਿਹੜੀਆਂ ਵੀ ਕਿਸਾਨ ਯੂਨੀਅਨਾਂ ਵੀ ਐ ਚਾਹੇ ਸਾਡੀਆਂ ਕੋਈ ਵੀ ਐ ਇਸ ਮੁੱਦੇ ਤੇ ਹੋ ਕੇ ਇਕਜੁੱਟਤਾ ਨਾਲ ਚੱਲਣਾ ਚਾਹੀਦਾ ਉਹਨਾਂ ਨੂੰ ਜੋ ਐਡੀ ਧੱਕੇਸ਼ਾਹੀ ਕਰੀ ਐ ਐਡਾ ਉਹਨਾਂ ਨੇ ਨਲਾਇਕਪਨ ਕਰਿਆ ਉਹਨਾਂ ਨੂੰ ਲਾਜ਼ਮੀ ਮਆਨਾ ਫਾਂਸੀ ਦੇਣੀ ਚਾਹੀਦੀ ਐ ਕਿਸਾਨ ਯੂਨੀਅਨ ਉਗਰਾਹਾਂ ਉਹਨਾਂ ਦਾ ਸਾਥ ਦੇ ਰਹੀ ਐ ਇਹ ਲੱਗਦਾ ਨਹੀਂ ਕਿਸਾਨ ਯੂਨੀਅਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਅਸੀਂ ਕਿਹੜੇ ਪੱਖ 'ਚ ਖੜਨਾ ਐ ਕਿਹੜੇ 'ਚ ਨਹੀਂ ਖੜਨਾ ਨਹੀਂ ਮੈਂ ਗਰਾਹ ਸਾਹਿਬ ਨੂੰ ਕਹਿੰਨਾ ਬਹੁਤ ਸੂਝਵਾਨ ਨੇਤਾ ਤੇ ਗਰਾਹ ਸਾਹਿਬ ਨੂੰ ਕਹਿਣਾ ਵੀ ਜੋ ਇਹੋ ਜਿਹੇ ਵਿੱਚ ਕਾਂਗਿਆਰੀ ਹੁੰਦੀ ਗਈ ਹੈ ਇਹੋ ਜੀ ਕਾਂਗਿਆਰੀ ਹੈ ਜਿਹੜੀ ਇਹਨਾਂ ਤੇ ਸਖਤ ਤੋਂ ਸਖਤ ਗਰਾਹਾ ਸਾਹਿਬ ਵੀ ਕਾਰਵਾਈ ਕਰਨ ਕੋਈ ਮੈਂ ਬੇਸ਼ੱਕ ਸਿੱਧੂਪੁਰ ਜੁਨੀਅਨ ਚ ਹੀ ਆ ਮੈਂ ਕਿਸੇ ਪਾਰਟੀ ਨੂੰ ਜਾਨੀ ਐਂਟੀ ਹੋ ਕੇ ਨਹੀਂ ਬ੍ਰੋਦਰੀ ਨਾ ਦੇਖਦਾ ਪਰ ਮੈਂ ਇਹ ਗੱਲ ਕਹਿਣਾ ਜੋ ਜਾਇਜ਼ ਗੱਲ ਹੈ ਤਾਂ ਜਾਇਜ਼ ਹੀ ਹੁੰਦੀ ਹੈ ਨਾ ਮੇਰੇ ਕੋਈ ਗਰਾਹ ਵਾਲੀ ਪਾਰਟੀ ਦੁਸ਼ਮਣਾਂ ਨਾ ਮੇਰੇ ਦੋਸਤ ਐ ਸਿੱਧੂਪੁਰ ਚਾਤਾ ਮੈਂ ਮੈਂ ਤਾਂ ਉਹ ਵੀ ਜ਼ਿੰਮੇਦਾਰਾਂ ਦੀ ਪਾਰਟੀ ਐ ਇਹ ਵੀ ਜ਼ਿੰਮੇਦਾਰਾਂ ਦੀ ਐ ਇਹ ਵੀ ਮੰਗ ਕਿਸਾਨੀ ਦੀ ਕਰਦੇ ਉਹ ਵੀ ਕਿਸਾਨੀ ਦੀ ਮੰਗ ਕਰਦੇ ਆ ਪਰ ਮੈਂ ਇਹਨਾਂ ਨੂੰ ਕਹਿਣਾ ਗਰਾਹ ਸਾਹਿਬ ਨੂੰ ਜੋ ਇਹੇ ਜਿਹੇ ਆ ਗਲਤ ਬੰਦਿਆਂ ਮਗਰ ਲਾ ਕੇ ਧਰਨਾ ਦਿੰਦੇ ਆ ਲੋਕਾਂ ਦੇ ਬਾਰਾਂ ਚ ਜਾ ਜਾ ਕੇ ਇਹ ਜਾਂ ਤੇ ਨੱਥ ਪਾਉਣ ਦੀ ਲੋੜ ਐ ਉਹ ਵੀ ਜਿਹੜਾ ਬੰਦਾ ਗਨਾ ਕਰੀ ਬੈਠਾ ਫੇਰ ਕਹਿੰਦੇ ਆ ਆਪ ਹੀ ਮੰਨੀ ਜਾਂਦੀ ਆ ਉਹ ਵੀ ਮੈਥੋਂ ਗਲਾਹ ਹੋ ਗਿਆ ਮੈਂ ਮਾਫੀ ਚਾਹੁੰਨੀ ਐ ਜਦੋਂ ਤੂੰ ਆਪ ਮਾਫੀ ਚਾਹੁੰਨੀ ਐ ਇਹ ਐਸੀ ਤਾਂ ਨਹੀਂ ਆਂਦੇ ਜੀ ਇਹ ਗੱਲ ਸਰੇ ਆ ਮੰਨੀ ਜਾਂਦੀ ਆ ਉਹ ਵੀ ਮੈਂ ਗੁਨਾਹ ਕਰਿਆ ਤੇ ਉਹ ਗਰਾਹ ਵਾਲੀ ਜਥੇਬੰਦੀ ਵਾਲੀ ਜਿਹੜੀ ਕੋਠੇ ਗੁਰੂ ਦੀ ਐ ਉਹ ਕਹਿ ਰਹੀ ਐ ਇਹਨੂੰ ਮਾਫੀ ਦੇ ਦਿਓ ਇਹਨੂੰ ਮਾਫੀ ਦੇ ਦਿਓ ਇੱਕ ਤਾਂ ਮਾਫੀ ਹੁੰਦੀ ਐ ਕਰਨਯੋਗ ਜੋ ਗਲਤੀ ਹੁੰਦੀ ਐ ਉਹ ਉਹਨੂੰ ਮਾਫੀ ਦਿੱਤੀ ਜਾ ਸਕਦੀ ਐ ਵੀ ਆ ਯਾਰ ਮਾਫੀ ਦੇਤੀ ਚੱਲੇ ਤਾਂ ਆਰ ਕੰਮ ਨਹੀਂ ਹੋਇਆ ਤਾਂ ਦੇ ਤੋ ਗਲਤ ਹੋ ਗਿਆ ਚੱਲ ਇਹਨੂੰ ਮਾਫੀ ਦੇਤੀ ਪਰ ਇਹ ਮਾਫੀ ਦੇਣ ਜੋਗੇ ਨਿਕਾਮ ਜਿਹੜੀ ਆਪ ਤਾਂ ਗਲਤ ਸੀਗੀ ਸੀਗੀ ਨਾਲ ਨਮਾਲਕ ਬੱਚੇ ਨਾਲ ਵੀ ਗਲਤ ਕੰਮ ਕਰਾਈ ਜਾ ਰਹੀ ਐ ਬਿਲਕੁਲ ਬਹੁਤ ਮੁਸ਼ਕਲ ਸਥਿਤੀ ਹੈ ਇਹ ਜੇਕਰ ਅਸੀਂ ਮੰਨੀਏ ਤਾਂ ਬੱਚੇ ਦੇ ਨਾਲ ਐਸਾ ਦੁਸ਼ਕਰਮ ਹੋਣਾ ਜਿਹਨੂੰ ਸੋਝੀ ਵੀ ਨਹੀਂ ਉਹ ਬਹੁਤ ਹੀ ਖਤਰਨਾਕ ਮਾਮਲਾ ਬਣ ਜਾਂਦਾ ਹੈ ਇਹ ਬਾਈ ਜੀ ਦੇ ਉਸ ਬੱਚੇ ਉਹਨਾਂ ਦਾ ਇਹਨਾਂ ਦਾ ਇਹ ਕਹਿਣਾ ਹੈ ਕਿ ਸਾਨੂੰ ਉਹਨਾਂ ਤਾਂ ਕਿਸੇ ਦੇ ਮਾਨ ਵਾਲਾ ਨਾ ਕਿਸੇ ਦੇ ਦੂਸਰੇ ਪਰਿਵਾਰ ਨਾਲਾ ਪਰ ਇਹ ਜਿਹੜਾ ਇਨਸਾਫ ਮੰਗ ਰਿਹਾ ਉਹ ਬੱਚੇ ਦੇ ਨਾਲ ਹੋਏ ਦੁਸ਼ਕਰਮ ਦਾ ਇਨਸਾਫ ਮੰਗ ਰਿਹਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਝਾਏ ਥੈਂਕ ਯੂ ਧੰਨਵਾਦ ਜੀ ਸੋਡਾ ਵੀ ਸਾਰੇ ਮੀਡਗਾ ਲੈਂਦਾ ਜੋ ਇਹ ਸਚਾਈ ਹੈ ਜੋ ਸਰਕਾਰ ਤੱਕ ਪਹੁੰਚਾਉਂਗੇ ਮੈਂ ਸਰਕਾਰ ਨੂੰ ਵੀ ਕਹਿਣਾ ਹੈ ਇਹ ਕਾਰਵਾਈ ਸਖਤ ਤੋਂ ਸਖਤ ਭਗਵੰਤ ਮਾਨ ਜੀ ਆ ਚਾਹੇ ਸੈਂਟਰ ਦੇ ਗ੍ਰਹਿ ਮੰਤਰੀ ਆ ਚਾਹੇ ਪ੍ਰਧਾਨ ਮੰਤਰੀ ਜੀ ਆ ਕੋਈ ਵੀ ਪਾਰਟੀ ਦਾ ਹੋਰ ਨੇਤਾ ਇਹਦੇ ਤੇ ਸਹਿਯੋਗ ਦੇਣ